ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਅੱਗ ਤੇ ਕਾਬੂ ਪਾਉਣ ਵਾਲੇ ਫਾਇਰ ਕਰਮੀਆਂ ਨੂੰ 21,000 ਰੁਪਏ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਬੀਤੇ ਦਿਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੱਚਾ ਟੋਬਾ ਵਿੱਚ ਗੱਦੇ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਤੇ ਕਾਬੂ ਪਾ ਕੇ ਫਾਇਰ ਕਰਮੀਆਂ ਨੇ ਬਹੁਤ ਹੀ ਬਹਾਦਰੀ ਵਾਲਾ ਕੰਮ ਕੀਤਾ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਇਹਨਾਂ ਕਰਮੀਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। 10 Tele News ਦੀ ਰਿਪੋਰਟ। ਜਦੋਂ ਕਿਤੇ ਅੱਗ ਲੱਗ ਜਾਵੇ ਔਰ ਕਈ ਵਾਰ ਅਸੀਂ ਦੇਖਦਾ ਅਸੀਂ ਸੜਕ 'ਤੇ ਜਾ ਰਹੇ ਹੁੰਦੇ ਹਾਂ, ਸਾਨੂੰ ਧੂੰਆਂ ਨਜ਼ਰ ਆਉਂਦਾ ਨਾ, ਕਦੋਂ ਅਸੀਂ ਸੋਚਦੇ ਕਿਤੇ ਉੱਥੇ ਅੱਗ ਨਾ ਲੱਗੀ ਹੋਵੇ। ਹਮੇਸ਼ਾ ਅਮੂਮਨ ਅਸੀਂ ਦੇਖਦੇ ਹਾਂ ਕਈ ਵਾਰ ਬਹੁਤ ਧੂੰਆਂ ਹੁੰਦਾ ਅਤੇ ਬੰਦੇ ਦਾ ਵੱਲੋਂ ਵੱਲੇ ਧਿਆਨ ਜਾਂਦਾ, ਔਰ ਅੱਜ ਇਹ ਔਖੀ ਘੜੀ ਜਿਹੜੀ ਸੀਗੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਬਿਨਾਂ ਕਿਸੇ ਜਾਨ ਦੇ ਨੁਕਸਾਨ ਉਹ ਘੜੀ ਨਿਕਲ ਗਈ। ਔਰ ਉਹ ਜਿਹੜਾ ਬਹਾਦਰੀ ਦਾ ਜਿਹੜਾ ਸ਼੍ਰੇਅ ਹੈ ਹੁਸ਼ਿਆਰਪੁਰ ਦੀ ਸਾਰੀ ਕਾਰਪੋਰੇਸ਼ਨ ਦੇ ਫਾਇਰ ਬ੍ਰਿਗੇਡ ਦੀ ਟੀਮ ਨੂੰ, ਸਾਡੇ ਐਡਮਿਨਿਸਟ੍ਰੇਟਿਵ ਆਫਿਸਰ ਸਲਮਾਨ ਨੂੰ, ਔਰ ਕਿਉਂਕਿ ਅਸਿਸਟੈਂਟ ਕਮਿਸ਼ਨਰ ਸਾਹਿਬ ਮੌਕੇ 'ਤੇ ਅੱਜ ਆਪ ਗੱਡੀ ਚਲਾ ਕੇ ਉੱਥੇ ਪਹੁੰਚੇ ਜਿੱਥੇ ਲੋੜ ਪਈ, ਕਈ ਵਾਰ ਡਰਾਈਵਰ ਨਹੀਂ ਅਵੇਲੇਬਲ ਹੁੰਦਾ। ਸੋ ਮੈਂ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਪੰਜਾਬ ਸਰਕਾਰ ਵੱਲੋਂ ਧੰਨਵਾਦ ਕਰਦਾ ਤਿਵਾੜੀ ਸਾਹਿਬ ਦਾ, ਔਰ ਇਹਨਾਂ ਦੇ ਜਿਹੜੇ ਕਮਾਂਡਰ ਹੈ ਸ਼ਹਿਬਾਜ਼ ਜੀ ਇਹਨਾਂ ਦਾ, ਔਰ ਸਾਰੀ ਟੀਮ ਜਿਹੜੀ ਇੱਥੇ ਇਹਨਾਂ ਦੇ ਮੌਜੂਦ ਹੈ ਫਾਇਰ ਬ੍ਰਿਗੇਡ, ਔਰ ਮੈਂ ਵੀ ਕਿਉਂਕਿ ਲੋਕਲ ਸੀਗਾ ਔਰ ਮੈਂ ਵੀ ਮੌਕੇ 'ਤੇ ਜਦੋਂ ਮੈਨੂੰ ਪਤਾ ਲੱਗਾ ਕੋਈ 15-20-25 ਮਿੰਟ ਬਾਅਦ ਮੈਂ ਵੀ ਪਹੁੰਚ ਗਿਆ ਉੱਥੇ, ਮੈਨੂੰ ਕਿਸੇ ਪੁਲਿਸ ਅਫਸਰ ਮੈਨੂੰ ਮਿਲਣ ਆਏ ਸੀ, ਉਹਨਾਂ ਦਾ ਮੈਨੂੰ ਫੋਨ ਆਇਆ ਵੀ ਆਹ ਗੱਲ ਹੋਈ, ਮੈਂ ਉਸੇ ਵੇਲੇ ਚੱਕੀ ਤਾਂ ਮੈਂ ਪਹੁੰਚ ਗਿਆ ਉੱਥੇ। ਲੇਕਿਨ ਹਾਲਾਤ ਇਹਨਾਂ ਨੇ ਬੜੇ ਤਰੀਕੇ ਨਾਲ ਅੱਗੇ ਵੀ ਜਾਣ 'ਤੇ ਖੇਲ ਕੇ ਕਾਬੂ ਰੱਖਦੇ ਆ, ਅੱਜ ਵੀ ਇਹਨਾਂ ਨੇ ਤਿੰਨੋਂ ਚਾਰੋਂ ਪਾਸਿਓਂ ਗੱਡੀਆਂ 3-4 ਮੌਕੇ 'ਤੇ ਲਾ ਕੇ, ਇੱਕ ਇੱਧਰਲੀ ਗਲੀ 'ਚੋਂ, ਇੱਕ ਪਿਛਲੀ ਗਲੀ 'ਚੋਂ, ਇੱਕ ਅਗਲੀ, ਸਾਰੇ ਪਾਸੇ ਲੱਗਿਓ, ਤਾਂ ਜਾ ਕੇ ਕਿਤੇ ਅੱਗ ਕੰਟਰੋਲ ਹੋਈ ਹੈ। ਸਭ ਤੋਂ ਵੱਡੇ ਪਰਮਾਤਮਾ ਦੀ ਕਿਰਪਾ ਰਹੀ ਹੈ, ਜਿਹੜੇ ਨਾਲ ਦੇ ਘਰ ਸੀਗੇ ਆਲੇ ਦੁਆਲੇ ਬੜੇ ਸ਼ਾਨਦਾਰ ਘਰ ਸੀ, ਸ਼ੋਰੂਮ ਵੀ ਸੀਗੇ ਨਾਲ, ਉਹ ਇੱਕ ਪਾਰਲਰ ਵੀ ਆ, ਕਈ ਕੁਛ ਸੀਗਾ ਉੱਥੇ, ਉਹ ਸਭ ਦਾ ਬਚਾਅ ਹੋ ਗਿਆ। ਜਿਹੜੀ ਬਿਲਡਿੰਗ 'ਚ ਗੱਦਿਆਂ ਦੀ ਫੋਮ ਨੇ ਗੱਦਿਆਂ ਨੂੰ ਲੱਗੀ ਆ, ਉਹਦਾ ਤਾਂ ਨੁਕਸਾਨ ਹੋਣਾ ਹੀ ਸੀਗਾ, ਪਰ ਸਭ ਤੋਂ ਬਿਹਤਰ ਗੱਲ ਸੀ ਵੀ ਕੋਈ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ, ਮੈਂ ਉਹਨੂੰ ਸਭ ਤੋਂ ਬਿਹਤਰ ਪਲ ਮੰਨਦਾ। ਸੋ ਇਸ ਟੀਮ ਦਾ ਸਾਰਿਆਂ ਨੂੰ ਇੱਕ ਉਤਸਾਹ ਦੇਣ ਦੇ ਲਈ, ਜਿੱਥੇ ਮੈਨੂੰ ਜਿਹੜਾ ਸਾਡਾ ਉੱਥੇ ਪਹੁੰਚਣਾ ਹੁੰਦਾ, ਇੱਕ ਉਤਸਾਹ ਹੁੰਦਾ, ਇੱਕ ਥਾਪੀ ਹੁੰਦੀ ਹੈ, ਔਰ ਅੱਜ ਇਹਨਾਂ ਨੂੰ ਸਨਮਾਨਿਤ ਕਰਨ ਦਾ ਮਤਲਬ ਸਿਰਫ ਇਹ ਹੈ ਵੀ ਸਿਰਫ ਇਹਦਾ ਮਤਲਬ ਇਹ ਹੁੰਦਾ ਵੀ ਤਕੜੇ ਰਹਿ ਕੇ ਅਸੀਂ ਕੰਮ ਕਰਨਾ। ਔਰ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਰਹਿੰਦਾ, ਔਰ ਇਸ 26 ਜਨਵਰੀ ਨੂੰ ਜਿਹੜੀ ਸਾਰੀ ਟੀਮ ਹੈ ਇਹਨਾਂ ਨੂੰ ਅਸੀਂ ਸਨਮਾਨਿਤ ਕਰਾਵਾਂਗੇ ਸਰਕਾਰ ਵੱਲੋਂ ਵੀ ਅਤੇ ਆਪਣੇ ਹੁਸ਼ਿਆਰਪੁਰ ਦੇ ਵਿੱਚ। ਸੋ ਮੈਂ ਵਿਸ਼ੇਸ਼ ਧੰਨਵਾਦ ਕਰਦਾ, ਔਰ ਇਹ ਮੁੰਡਿਆਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅੱਜ 21,000 ਰੁਪਏ ਦੀ ਧਨ ਰਾਸ਼ੀ ਜਿਹੜੀ ਹੈ ਇਹਨਾਂ ਨੂੰ ਪਾਰਟੀ ਲਈ ਇਹਨਾਂ ਨੂੰ ਮੈਂ ਦੇ ਰਿਹਾ, ਤਾਂ ਕਿ ਇਹ ਸਾਰੇ ਪਹਿਲੇ ਲੋਕਾਂ ਨੂੰ ਮਿਲ ਜਾਈਏ। ਔਰ ਕਿਉਂਕਿ ਮੈਂ ਸਰਕਾਰ ਦੇ ਵਿੱਚ ਹੈ ਅਤੇ ਮੇਰੀ ਕੋਸ਼ਿਸ਼ ਹੋਏਗੀ, ਕਾਰਪੋਰੇਸ਼ਨ ਵੀ ਮੇਰੀ ਕੋਸ਼ਿਸ਼ ਰਹੀ ਹੈ ਕਿ ਆਪਾਂ ਇਹਨਾਂ ਨੂੰ ਇੱਕ ਸਰਕਾਰ ਨੂੰ, ਮੈਂ ਜੋ ਇਹਨਾਂ ਨੇ ਮੈਨੂੰ ਪਹਿਲਾਂ ਵੀ ਲਿਖ ਕੇ ਬਹੁਤ ਵਾਰੀ ਦਿੱਤਾ, ਉਹ ਇੱਕ ਵਾਰੀ ਨਹੀਂ ਦਿੱਤਾ, ਪਰਸੋਂ ਚੌਥ ਸੈਣੀ ਸਾਹਿਬ ਹੈ ਮੇਰੇ ਨਾਲ ਨਾਰਾਜ਼ ਸੀ, ਕਹਿੰਦੇ ਸਰ ਹੁਣ ਤੁਹਾਨੂੰ ਕਿੰਨੀ ਵਾਰੀ ਲਿਖ ਕੇ ਦੁਬਾਰਾ ਦੇਈਏ ਦੋਸਤੋ। ਇਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ, ਮੇਅਰ ਹਾਊਸ ਸੀਗੇ ਉਸ ਦਿਨ ਖੜ੍ਹੇ, ਮੈਂ ਕਿਹਾ ਯਾਰ ਤੂੰ ਗੱਲ ਤਾਂ ਠੀਕ ਕਰ ਰਿਹਾ, ਮੈਂ ਤੇਰੀ ਪੈਰਵੀ ਤੁਹਾਡੀ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਸਰਕਾਰ ਦੀਆਂ ਵੀ ਕਈ ਵਾਰੀ ਆਪਣੀਆਂ ਮਜ਼ਦੂਰੀਆਂ ਹੁੰਦੀਆਂ, ਉਹਨਾਂ ਨੂੰ ਇੱਕ ਮੁਲਾਜ਼ਮ ਨਹੀਂ ਦੇਖਣਾ ਹੁੰਦਾ, ਉਹਨਾਂ ਨੇ ਹਜ਼ਾਰਾਂ ਮੁਲਾਜ਼ਮ ਦੇਖਣੇ ਆ, ਉਹਨਾਂ ਨੇ ਉਸ ਹਿਸਾਬ ਨਾਲ ਹਿਸਾਬ ਲਾਉਣਾ, ਖਰਚੇ ਦਾ, ਖਜ਼ਾਨੇ ਦੇ ਬੋਝ ਦਾ, ਹੋਰ ਰੁਲਾ ਪੱਲਾ ਜੋ ਵੀ ਹੈ। ਲੇਕਿਨ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਨਿੱਜੀ ਤੌਰ 'ਤੇ ਵੀ ਤੁਹਾਨੂੰ ਜਿਹੜਾ ਹੈ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਇਹ, ਔਰ ਮੈਂ ਸਰਕਾਰ ਦਾ ਪਾਰਟ ਵੀ ਹਾਂ ਬਤੌਰ MLA, ਬਤੌਰ ਐਕਸ ਮਿਨਿਸਟਰ, ਅਤੇ ਮੈਂ ਉਹਦੇ ਤੁਹਾਡੀ ਜਿਹੜੀ ਪੈਰਵੀ ਸਰਕਾਰ ਤੱਕ ਮੈਂ ਤੁਹਾਨੂੰ ਇਹ ਕੋਰ ਹਾਰਟ ਦੇ ਵਿੱਚ ਦਿਲੋਂ ਬੇਹਤਰ ਆਪਣਾ ਮੰਤਰੀ ਜੀਪਾ ਸਾਹਿਬ ਜਿੰਦਾਬਾਦ। ਐਕਸਲੈਂਟ ਕੋਚਿੰਗ ਪੁਆਇੰਟ ਇਨ IELTS ਐਂਡ ਸਪੋਕਨ ਇੰਗਲਿਸ਼, ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ।
ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਹੁਸ਼ਿਆਰਪੁਰ।